स्वागत है दोस्तों तुहाडा डेली डोज टीवी चैनल दे उत्ते। गलबात करांगे अज पंजाबी लोक गायक कह लिए, पंजाबी कलाकारी दे थम कह लिए, अमर सिंह चमकीला ते अमरजोत कौर, एक अजिही जोड़ी जिन्हां ने वड्डियां पैड़ां जित्तियां पंजाबी गायकी दे विच। ते अज उन्हां बारे गलबात करांगे, उन्हां दा एक किस्सा तुहाडे नाल सांझा करांगे जो ट्रक ड्राइवरां तों लैके DSP नाल तक जुड़िया होया है। अमर सिंह चमकीला उस विच किस तरह रोल निभाउंदे ने, वो सारी गलबात तुहाडे नाल सांझी करांगे। आओ लै चलदे आ भाग पंजवां, अमर सिंह चमकीला ते अमरजोत कौर जोड़ी। जो स्टोरी तुहानू मैं दसनी चाहुंदा हाँ, चमकीला दे दफ्तर तो लैके ट्रक ड्राइवर नाल अते अलग अलग प्रोग्रामां नाल दरदार संधु सदीक नाल जिथे जिथे प्रोग्राम लाए, उन्हां दीआं निक्कियां निक्कियां यादां तुहाडे नाल सांझियां करांगे ते तुसीं सारियां यादां नूं ध्यान नाल सुनना। सो शुरुआत करदे हां, आओ चमकीला जी दे दफ्तर तो शुरू करदे हां। पुलिस दी गड्डी आ के अचानक चमकीले दे दफ्तर अगे रुक गई। गड्डी विचों इक DSP ते कुछ सिपाही उतर के दफ्तर च ਧੋਸ ਦੇਣ ਲੱਗੇ। ਹਰਜੀਤ ਗਿੱਲ ਉਸ ਦਿਨ ਦਫ਼ਤਰ ਅੱਗੇ ਹੀ ਬੈਠਾ ਸੀ। ਚਮਕੀਲਾ ਉਸ ਦਿਨ ਛੋਲੇ ਕੁਲਚਿਆਂ ਵਾਲੀ ਰੇਹੜੀ ਅੱਗੇ ਬਾਹਰ ਖੜਾ ਸੀ, ਕਿਸੇ ਨਾਲ ਗੱਲਾਂ ਕਰ ਰਿਹਾ ਸੀ। ਚਮਕੀਲੇ ਨੇ ਜਿਉਂ ਹੀ ਆਪਣੇ ਦਫ਼ਤਰ ਵਿੱਚ ਪੁਲਿਸ ਵਾਲੇ ਜਾਂਦੇ ਦੇਖੇ ਤਾਂ ਉਸਦੇ ਸਾਹ ਸੁੱਤੇ ਰਹਿ ਗਏ। ਸਡੋਲ ਸਰੀਰ ਅਤੇ ਲੰਬਾ ਕੱਦ ਹੋਣ ਦੇ ਬਾਵਜੂਦ ਵੀ ਉਹ ਸੁਭਾਅ ਦਾ ਬਹੁਤ ਡਰੂ ਸੀ। ਸ਼ਾਇਦ ਇਸ ਪਿੱਛੇ ਚਮਕੀਲੇ ਦੀ ਹੰਡਾਈ ਹੋਈ ਉਸਦੀ ਗਰੀਬੀ ਦਾ ਕਾਰਨ ਸੀ। ਇਹ ਵੀ ਇੱਕ ਹਕੀਕਤ ਸੀ ਕਿ ਚਮਕੀਲੇ ਦਾ ਗੀਤ ਸੁਣ ਕੇ ਲੋਕ ਜੋਸ਼ ਵਿੱਚ ਆ ਜਾਂਦੇ ਸਨ, ਉਹ ਆਪਣੇ ਆਪ ਨੂੰ ਦਲੇਰ ਅਤੇ ਖਾੜਕੂ ਸਮਝਣ ਲੱਗ ਜਾਂਦੇ ਸਨ। ਚਮਕੀਲੇ ਦੇ ਗੀਤਾਂ ਦੇ ਪਾਤਰ ਅਕਸਰ ਬੋਲੀ ਬਦਮਾਸ਼ ਤੇ ਲੜਾਕੇ ਹੋਇਆ ਕਰਦੇ ਸਨ, ਪਰ ਅਸਲ ਜ਼ਿੰਦਗੀ ਵਿੱਚ ਚਮਕੀਲਾ ਬਹੁਤ ਹੀ ਸਾਊ, ਡਰੂ ਨਿਮਾਣਾ, ਰਹਿਮ ਦਿਲ ਤੇ ਨਰਮ ਨੇ ਨਿਮਰ ਸੁਭਾਅ ਦਾ ਮਾਲਕ ਸੀ। ਚਮਕੀਲੇ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਸੀ, ਉਸਨੂੰ ਸਮਝ ਨਹੀਂ ਸੀ ਕਿ ਇਹ ਉਹ ਕੀ ਕਰੇ ਅਤੇ ਕੀ ਨਾ ਕਰੇ। ਦਫ਼ਤਰ 'ਚ ਪੁਲਿਸ ਦੇ ਆਉਣ ਦਾ ਕਾਰਨ ਪਤਾ ਕਰੇ। ਕੁਝ ਪਲਾਂ ਦੀਆਂ ਯਕਾਤਦਾ ਬਾਅਦ ਉਸਦੇ ਮਨ ਅੰਦਰ ਇੱਕ ਆਵਾਜ਼ ਆਈ, ਤੂੰ ਕਿਹੜਾ ਕੋਈ ਗੁਨਾਹ ਕੀਤਾ ਜੋ ਪੁਲਿਸ ਨੂੰ ਦੇਖ ਕੇ ਭੱਜਦਾ ਫਿਰਦਾ ਚਮਕੀਲਾ। ਮਨ ਜਿਹਾ ਕਰੜਾ ਕਰਕੇ ਜਿਉਂ ਹੀ ਆਪਣੇ ਦਫ਼ਤਰ ਵੱਲ ਜਾਣ ਲੱਗਦਾ ਸੀ, ਉਸਨੂੰ ਯਾਦ ਆ ਗਿਆ ਕਿ 2 ਦਿਨ ਪਹਿਲਾਂ ਇੱਕ ਮੇਲੇ ਦੇ ਪ੍ਰੋਗਰਾਮ ਉੱਤੇ ਉਸਨੇ ਸਟੇਜ ਉੱਤੇ ਕੁਝ ਚਾਂਬਲੇ ਹੋਏ ਪੁਲਸੀਆਂ ਨੂੰ ਮਖੌਲ ਕੀਤੇ ਸਨ। ਚਮਕੀਲੇ ਨੂੰ ਚੌੜ ਵਿੱਚ ਆ ਕੇ ਕਰੀਆਂ ਹੋਈਆਂ ਟਿੱਚਰਾਂ ਯਾਦ ਆ ਗਈਆਂ ਸਨ। ਲੈ ਬਈ ਚਮਕੀਲਿਆ, ਹੁਣ ਤਾਂ ਪੱਕਾ ਫੈਂਟਾ ਚੜੂ। ਮਨ ਬਚਨੀ ਕਰਦਾ ਹੋਇਆ ਚਮਕੀਲਾ ਆਪਣੇ ਦਫ਼ਤਰ ਤੋਂ ਉਲਟ ਦਿਸ਼ਾ ਵਿੱਚ ਮੁੜਨ ਹੀ ਲੱਗਾ ਸੀ ਕਿ ਅੰਦਰੋਂ ਹਰਜੀਤ ਗਿੱਲ ਨੇ ਪਿੱਛੋਂ ਹਾਕ ਮਾਰ ਦਿੱਤੀ, ਉਹ ਸੁੱਖ ਹੈ। ਚਮਕੀਲੇ ਦੇ ਕੰਬਦੇ ਹੋਏ ਬੁੱਲਾਂ ਵਿੱਚ ਮਸਾ ਹੀ ਨਿਕਲਿਆ ਸੀ, ਹਾਂਜੀ ਉਹ ਪ੍ਰੋਗਰਾਮ ਬੁੱਕ ਕਰਨ ਆਏ ਹੋਏ ਹਾਂ, ਗਿੱਲ ਨੇ ਦੱਸਿਆ। ਮਸਾ ਚਮਕੀਲੇ ਦੀ ਜਾਨ ਵਿੱਚ ਜਾਣ ਆਈ ਸੀ ਵੀ ਦਫ਼ਤਰ ਵਿੱਚ ਗਿਆ ਤੇ DSP ਤੇ ਬਾਕੀ ਸਾਰੇ ਉਸਦੇ ਨਾਲ ਆਏ ਪੁਲਸੀਏ ਉਸਨੂੰ ਜੱਫੀ ਪਾ ਕੇ ਮਿਲੇ ਸਨ। ਉਹਨਾਂ ਦੇ ਬੈਠਣ ਦਾ ਇਸ਼ਾਰਾ ਕਰਕੇ ਚਮਕੀਲਾ ਹੱਥ ਜੋੜ ਕੇ ਨਿਮਰਤਾ ਨਾਲ ਖੜਾ ਹੋ ਗਿਆ ਸੀ ਤੇ ਕਿਹਾ, ਹੁਕਮ ਕਰੋ ਸਰਕਾਰ, ਪ੍ਰੋਗਰਾਮ ਬੁੱਕ ਕਰਨਾ ਹੈ। ਯਾਰ ਤੇਰਾ ਬੰਦਾ ਕਹਿੰਦਾ ਪ੍ਰੋਗਰਾਮ ਪਹਿਲਾਂ ਹੀ ਬੋਕਾ, ਉਸ ਦਿਨ ਦਾ ਪ੍ਰੋਗਰਾਮ ਮੈਂ ਦੇਖ ਲੈਂਦਾ। ਗਿੱਲ ਕਿੱਦਣ ਦਾ ਪ੍ਰੋਗਰਾਮ ਕਿੱਥੇ ਹੈ? ਚਮਕੀਲਾ ਆਪਣੀ ਡੈਰੀ ਖੋਲ੍ਹ ਕੇ ਦੇਖਣ ਲੱਗ ਗਿਆ। ਚਮਕੀਲਾ ਡੈਰੀ ਖੋਲ੍ਹਦਿਆਂ ਹੋਇਆ ਬੋਲਦਾ, ਭੰਬਰਪੁਰ ਦਾ ਪ੍ਰੋਗਰਾਮ ਹੈ ਜੀ ਇਹਨਾਂ ਦਾ 31 ਤੋਂ 88 ਨੂੰ। ਗਿੱਲ ਡੈਰੀ 'ਚੋਂ ਬੋਲਦਾ ਹੋਇਆ ਡੈਰੀ 'ਚੋਂ ਦਿਖਾਉਣ ਲੱਗ ਪਿਆ ਸੀ। ਚਮਕੀਲਾ 4 ਦਿਨ ਦੇ 7 ਪੰਨੇ ਨੂੰ ਗੌਰ ਨਾਲ ਦੇਖਣ ਲੱਗ ਪਿਆ ਸੀ। ਦੇਖਦਿਆਂ ਹੋਇਆ ਸੋਚ ਰਿਹਾ ਸੀ ਕਿ ਸਾਹਮਣੇ ਬੈਠੇ ਪੁਲਿਸ ਵਾਲਿਆਂ ਨੂੰ ਉਹ ਕੀ ਜਵਾਬ ਦੇਣਾ ਹੈ, ਕਿਉਂਕਿ ਪੁਲਿਸ ਵਾਲਿਆਂ ਦਾ ਅਖਾੜਾ ਲੱਗਣਾ ਮੁਸ਼ਕਲ ਸੀ। ਕੁਝ ਦੇਰ ਨਾਲ ਆਇਆ ਹੌਲਦਾਰ ਪਰਮਿੰਦਰ ਸਿੰਘ ਧਾਲੀਵਾਲ, ਬੋਲਿਆ, ਹਾਂ ਬਾਈ ਜੀ ਦੱਸ ਫਿਰ ਕੁਝ। ਮੈਂ ਤੁਹਾਡੇ ਤੋਂ ਮਾਫ਼ੀ ਮੰਗਦਾ, ਮੈਂ ਤੁਹਾਡਾ ਅਖਾੜਾ ਨਹੀਂ ਲਾ ਸਕਦਾ। ਮੇਰਾ ਇੱਕ ਭਾਈ ਹੈ ਗੁਰਭਾਈ ਪਾਰਸ, ਉਹ ਬਾਈ ਬਹੁਤ ਵਧੀਆ ਗਾਉਂਦਾ, ਮੈਂ ਆਪਣੀ ਜਗ੍ਹਾ ਤੇ ਪਾਰਸ ਨੂੰ ਭੇਜ ਦਿੰਦਾ, ਉਹ ਅਖਾੜਾ ਲਗਾ ਦਊਗਾ। ਚਮਕੀਲਾ, ਗਾਣਾ ਗਾਣਾ ਤੂੰ ਹੀ ਆ, ਭਾਵੇਂ ਤੈਨੂੰ ਘੜੀਸ ਕੇ ਨਾ ਲੈ ਕੇ ਜਾਣਾ ਪਵੇ, DSP ਰੋਹ ਵਿੱਚ ਬੋਲਿਆ ਸੀ। ਉਹ ਤਾਂ ਜੀ ਤੋਰ ਕੇ ਲੈ ਜਾਵੋਗੇ ਤਾਂ ਮੈਂ ਚੱਲਾ ਜਾਊਂਗਾ, ਪਰ ਤੁਸੀਂ ਮੇਰਾ ਸਰੀਰ ਲੈ ਜਾਵੋਗੇ, ਮੇਰੇ ਅੰਦਰਲੇ ਕਲਾਕਾਰ ਨੂੰ ਨਹੀਂ। ਮੈਂ ਖੁੱਲ੍ਹ ਕੇ ਗਾ ਨਹੀਂ ਸਕੂੰਗਾ, ਮੇਰੇ ਮਨ ਅੰਦਰ ਕਿਸੇ ਹੋਰ ਦਾ
बुक किया होया प्रोग्राम छड़न दा दुख होवेगा, दिमाग उते बोझ रख के मैं किवें गाऊंगा, विचारा जिहा बन के बैठे चमकीले नूं देख के डीएसपी ढिल्ला पै गया सी। देख चमकीला, देख चमकीलिया, मैं तेरा बहुत वड्डा फैन हाँ, बड़ी आस लैके तेरे कोल आया सी, साडा दिल ना तोड़ी, जिवें मर्जी हेठां उत्ते करके साडा प्रोग्राम बुक कर। किले दे चेहरे उत्तों डर उड गया सी ते रौनक आ गई सी। जे ए गल आ तां इक कम कर दिओ, 2 बजे साडा पहला प्रोग्राम मुकना ते उत्थों सानू तुहाडे कोलों आउण नूं 3 घंटे लगणे आ, तुसीं अपना प्रोग्राम 5 बजे तों बाद रख लिओ, फिर मैं बूंदियां उड़ा दूंगा। मैं 6 बजे आ जी, डीएसपी झट बोलिया। चमकीले ने प्रोग्राम बुक करके उन्हां लई चाह पानी मंगवा लिया सी। जदों उठ के बाहर जाण लगे सन तां इह चमकीला उन्हां नूं सतिकार वजो उन्हां नूं उन्हां दी गड्डी तक छड्डण लई चला गया सी। गड्डी विच बैठ के डीएसपी चमकीले नाल हाथ मिलाउण लगा। चमकीला, चमकीले तेरे नाल इक होर गल करनी आ, तू दोहरा भरजाइया जेठा जीजा सालियां ते ट्रक ड्राइवरां दे गीत वधेरे गाए ने, पर पुलिस वालियां दा इक गीत नहीं गाया। वह डरदे ने नहीं गाया जी, किते चाक के कुट्टियो ना मैनू। वैसे एक नवे गीत विच मैं कहा सी, ड्राइवरां ते गाउण वाले सारे इको कोठी दे ताले। एक गल दसा, चमकीले नूं सब तो वध ट्रकां वाले सुनिया करदे सन। उन्हां दिनां विच चमकीले दे गीत गड्डी ते लिखा दा तेरा नाम मित्रा नवा नवा आया सी। एक ट्रक ड्राइवर चमकीले दे दफ्तर विच आ गया सी। चमकीला खुशकिस्मती नाल उदों दफ्तर विच सी। चमकीले नूं मिल के वह बहुत खुश होया ते 100 दे के कहन लगा, मेरे वालों ये तुहाडे लई गिफ्ट है जी। चमकीले ने 100 लैण तों इनकार कर दिता सी। उसनू कुलचे छोले खवा के जदों रुखसत करन लग्या तां वह चमकीले नूं कुछ दिखाउण लई बाहर लै गया सी। ट्रक दे पिछे वह अमरजोत दा नाम वह सजरा लिखवा के लिया सी। अमरजोत नूं दस दिओ, वह गाउंदी सी ना, मन्ना तां मित्रा गड्डी ते लिखाला मेरा नाम मित्रा, हुण असीं पिंड तों पक्का ही उसदा नाम लिखवा दिता। चमकीला देख के ताड़ी मार के हस पिया सी। पतंदरा सुनिया तां मैं तेरा दे दियां, पर ट्रक ते माला बड़ियां टंगियां होईयां ने, बस जी काम नहीं चलदा सी। झिड़ी वाले बाबिया ने कहा सी कि माला फेरिया कर, तेरा काम लोट हो जाऊ। ड्राइवर ने अपने भोलेपन नाल उसनू दसिया सी। इक च माला चमकीले नूं भी दे दित्ती सी। चमकीले ने वह माला अपनी कार विच टंग दित्ती सी। चमकीला अपनी स्लेटी रंग की डोमैसटिक कार नूं बहुत ही भागां वाली समझदा सी ते 786 नूं पीरां दी बख्शिश वाला हिस्सा, हरियाणे दे मंत्री बंसी लाल कोल वह कार हुंदी सी। प्रेम टैक्सी वाले तो पहले पैर चमकीला एक कार अखाड़ा लाउन तो पहला किराए ते लैके जांदा सी। एक बार यही कार किते होर गई हुई सी, प्रेम ने फील्ड कार नूं भेज दिता सी। उदन चमकीले होना दा प्रोग्राम कैंसल हो गया सी। रस्ते विच खज्जल खुआरी काफ़ी हुई सी। अचानक अमरजोत ने सह सुभा ही कह दिता सी, ये लोहा अपने लिए माड़ा, दूजी कार 1786 अपने लिए भागा वाली सी। चमकीला वहमी बहुत सी, ओदे अमरजोत की कही हुई गल मन विच बैठ गई सी। अगली बार उही कार वह किराए ते लैके गया सी। चमकीले ने प्रेम नूं मोड़ी नहीं सी, 29,000 रुपया दे के वह खरीद ही लई सी। वैसे चमकीले नूं फील्ड कार बहुत पसंद सी, अपने गीतां विच भी उसने फील्ड कार का जिक्र किया होया। रब्बा विच ट्रकां दे मैं फील्ड वर्गी अड़ गई, जां घर साली दे फिरदा जीजा गीत दियां लाइनां बदल के वह अखाड़िया विच गा दिंदा सी। तेरा मुंडा लब्भे मासी नूं, तेरी फील्ड कार दी चासी नूं, आदि इस तरह के गीत अखाड़िया दे विच अमर सिंह चमकीला होरां ने गाए। सो ये सन अमर सिंह चमकीला ते अमरजोत कौर जदों अखाड़िया दे विच जांदे सीगे, जां उन्हां नाल जुड़िया होया किस्सा, जां ट्रक ड्राइवरां नाल भी जुड़िया होया आ। कितने ना कितने हर वर्ग कह सकते हैं कि हर वर्ग अमर सिंह चमकीले नूं उस समय 35 साल पहला भी चाहुंदा सीगा। पहला चमकीले तो व्याह की तरीक चमकीले तो पुछ के रखी जाती सी, ते जे कोई चमकीले की तरीक नहीं मिलती सी अखाड़ा लगाउण दी तां व्याह कैंसल कर दिते जांदे सी। इत्थों तक चमकीले की फरमाइश सी। उन्हां नाल जुड़े किस्से तुहाडे नाल वख-वख सांझे करदे रहांगे। हुण लई दिओ इजाजत, इसे तरह मिलते हैं, धन्यवाद।